ਤੁਸੀਂ ਕਿੱਥੇ ਸੀ ਜੀ? ਕਹਿੰਦੇ ਮੈਂ ਤੇ ਮਹਿਲਾਂ 'ਚ ਸੁੱਤਾ ਸੀ। ਕਹਿੰਦੇ ਫਿਰ ਇੱਥੇ ਕੀ ਕਰਦੇ ਤੁਸੀਂ? ਮਹਿਲਾਂ 'ਚ ਜਾਣਾ ਪੈਣਾ, ਤੁਹਾਨੂੰ ਸਵੇਰੇ ਸਾਰੀ ਰਿਪੋਰਟ ਦੇ ਦੇਣਗੇ। ਕਹਿੰਦੇ ਮੈਂ ਤੇ ਵੇਖਣਾ, ਪਤਾ ਮੈਨੂੰ ਲੱਗੇ। ਕਹਿੰਦੇ ਚੰਗਾ, ਫਿਰ ਜੇ ਵੇਖਣਾ ਉਹ ਸਾਹਮਣੇ ਬੁਰਜ ਵਿੱਚ ਬਹਿ ਜਾਓ, ਤੁਹਾਨੂੰ ਮੈਂ ਦੱਸ ਦਿਆਂ। ਚਲੋ ਮਹਿਲ 'ਚ ਨਹੀਂ ਜਾਣਾ ਤੇ ਸਾਹਮਣੇ ਬਹਿ ਜਾਓ। ਸਾਹਮਣੇ ਬਹਿ ਗਿਆ ਇਕੱਲਾ, ਕਾਠੀ ਪਵਾ ਲਈ, ਨਜੂਮੀਆਂ ਬਣਿਆ ਵਿਧੀ ਚੰਦ ਫਿਰ ਘੋੜੇ ਤੇ ਸਵਾਰ ਹੋ ਗਿਆ। ਉਵੇਂ ਪੰਜ ਚਾਰ ਗੇੜੇ ਉਹਦੇ ਵਿਹੜੇ 'ਚ ਕਢਾ ਕੇ ਉੱਚੀ ਜਗ੍ਹਾ ਤੇ ਕੋਠੇ ਤੇ ਚੜਾ ਲਿਆ ਉੱਪਰਲੇ ਪਾਸੇ। ਕਹਿੰਦੇ ਲਓ ਬਾਦਸ਼ਾਹ ਸਲਾਮਤ, ਨੋਟ ਕਰ ਲਓ। ਦਰੋਗੇ ਨੂੰ ਕਿਹਾ, ਲੈ ਹੁਣ ਸੁਣ ਲਓ, ਦੋ ਘੋੜੇ ਦਿਲਬਾਗ ਤੇ ਗੁਲਬਾਗ ਸਿੱਖ ਲਿਆਇਆ ਭੇਟਾ ਕਰਨ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ। ਧੱਕੇ ਨਾਲ ਖੋ ਲੈ ਦਰੋਗਿਆ, ਤੂੰ ਖੋ ਲੈ। ਪਰ ਮਹਾਰਾਜ ਦੇ ਚਰਨਾਂ 'ਚ ਸਿੱਖ ਰੋਇਆ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਥਾਪੜਾ ਦੇ ਕੇ ਆਪਣੇ ਨਮਾਣੇ ਸਿੱਖ ਵਿਧੀ ਚੰਦ ਨੂੰ ਭੇਜਿਆ। ਕਾਹੀ ਬਣ ਕੇ ਲੈ ਗਿਆ ਘੋੜਾ, ਕਾਹੀ। ਚੰਗੀ ਤਰ੍ਹਾਂ ਨੋਟ ਕਰ ਲਓ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੇਵਕ ਪਹਿਲਾ ਘੋੜਾ ਲੈ ਗਿਆ ਕਾਹੀ ਬਣ ਕੇ, ਤੇ ਦੂਜਾ ਘੋੜਾ ਨਜੂਮੀਆਂ ਬਣ ਕੇ ਲੈ ਚੱਲਿਆ। ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੇਵਕ ਹਾਂ, ਮੈਂ ਹੀ ਆਇਆ ਸੀ ਪਹਿਲਾਂ ਵੀ। ਉਸੇ ਵੇਲੇ ਘੋੜੇ ਨੂੰ ਮਾਰੀ ਅੱਡੀ, ਅਰਦਾਸ ਕੀਤੀ, ਸੱਚੇ ਪਾਤਸ਼ਾਹ ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਸੋ ਦੁੱਖ ਕੈਸਾ ਪਾਵੇ ਜੀ। ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਸੋ ਦੁੱਖ ਕੈਸਾ ਪਾਵੇ ਜੀ। ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਸੋ ਦੁੱਖ ਕੈਸਾ ਪਾਵੇ ਜੀ। ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਸੋ ਦੁੱਖ ਕੈਸਾ ਪਾਵੇ ਜੀ। ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਸੋ ਦੁੱਖ ਸਿਰ ਉੱਪਰ ਤੂੰ ਸਵਾਮੀ, ਸੋ ਦੁੱਖ ਕੈਸਾ ਪਾਵੇ। ਮਹਾਰਾਜ ਦੀ ਐਸੀ ਮਿਹਰ ਹੋਈ, ਘੋੜਾ ਲੈ ਕੇ ਭਾਈ ਸਾਈਂ ਦਾਸ ਜੀ ਦੇ ਪਿੰਡ ਭਾਈ ਕੀ ਡਰੋਲੀ ਆ ਗਈ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆ ਕੇ ਮੱਥਾ ਟੇਕਿਆ, ਮਹਾਰਾਜ ਲਓ ਮੈਂ ਦੂਜਾ ਘੋੜਾ ਵੀ ਲੈ ਆਇਆ। ਸਤਿਗੁਰੂ ਉੱਠ ਕੇ ਘੁੱਟ ਕੇ ਛਾਤੀ ਨਾਲ ਲਾ ਕੇ ਵਿਧੀ ਚੰਦ ਨੂੰ ਕਹਿੰਦੇ ਨੇ, ਵਿਧੀ ਚੰਦ ਛੀਨਾ ਗੁਰੂ ਕਾ ਸੀਨਾ। ਕਿੱਡਾ ਵੱਡਾ ਰੁਤਬਾ ਮਿਲਿਆ, ਕਿੰਨਾ ਪਿਆਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤਾ। ਭਾਵੇਂ ਇਹਨਾਂ ਘੋੜਿਆਂ ਦੇ ਬਦਲੇ ਬਾਦਸ਼ਾਹ ਨੇ ਫਿਰ ਜਿਹੜਾ ਮਹਾਰਾਜ ਦਾ ਜੰਗ ਹੋਇਆ ਨਾ, ਲਲਾ ਬੇਗ ਚੜ੍ਹਾਈ ਕਰਕੇ ਆਇਆ ਹੈ, ਇਹ ਇਸੇ ਕਰਕੇ ਹੋਇਆ। ਉਹਨਾਂ ਨੇ ਚਿੱਠੀ ਲਿਖ ਕੇ ਬਾਦਸ਼ਾਹ ਨੇ ਭੇਜੀ ਸੀ
ਕਿ ਗੁਰੂ ਹਰਗੋਬਿੰਦ ਸਾਹਿਬ ਜੀ ਸਾਡਾ ਇੱਕ ਚੋਰ ਹੈ ਤੁਹਾਡੇ ਕੋਲ, ਇੱਕ ਤੇ ਚੋਰ ਸਾਡੇ ਹਵਾਲੇ ਕਰੋ, ਇੱਕ ਸਾਡੀਆਂ ਚੀਜ਼ਾਂ ਜਿਹੜੀਆਂ ਲੈ ਗਿਆ ਚੋਰੀ ਕਰਕੇ ਉਹ ਵਾਪਸ ਕਰੋ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਚਿੱਠੀ ਭੇਜੀ ਸੀ, ਨਹੀਂ ਤੇ ਫਿਰ ਤਿਆਰ ਰਹੋ ਅਸੀਂ ਚੜ ਕੇ ਆਵਾਂਗੇ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨਾ ਸਾਡੇ ਕੋਲ ਚੋਰ ਹੈ ਨਾ ਕੋਈ ਚੋਰੀ ਦੀ ਵਸਤੂ ਹੈ, ਘੋੜੇ ਸਾਡੇ ਸਨ ਵਾਪਸ ਲੈ ਆਂਦੇ, ਸਾਡੇ ਸਿੱਖ ਨੇ ਲੈ ਆਂਦੇ, ਸਾਡਾ ਸਿੱਖ ਚੋਰ ਨਹੀਂ ਹੈ, ਆਪਣੀ ਚੀਜ਼ ਆਪਣੇ ਘਰ ਲੈ ਆਉਣੀ ਹੈ, ਕੋਈ ਚੋਰੀ ਨਹੀਂ ਹੁੰਦੀ। ਤੇ ਬਾਕੀ ਬਾਦਸ਼ਾਹ ਜੀ ਜੇ ਕਹਿੰਦਾ ਚੜ ਕੇ ਆਉਣਾ ਹੈ, ਅਸੀਂ ਤਿਆਰ ਬੈਠੇ ਹਾਂ, ਜੀ ਆਇਆਂ ਨੂੰ ਆਖੋ ਸਤਨਾਮ, ਜੀ ਆਇਆਂ ਨੂੰ ਕਹਿੰਦੇ ਆਜੋ ਆਜੋ ਕਰ ਆਓ ਚੜ੍ਹਾਈ, ਅਸੀਂ ਵੀ ਤਿਆਰ ਬੈਠੇ ਹਾਂ। ਫਿਰ ਜੰਗ ਹੋਇਆ ਸੀ ਮਹਿਰਾਜ ਦਾ, ਲੱਲਾ ਬੇਗ ਚੜ੍ਹਾਈ ਕਰਕੇ ਆਇਆ ਸੀ, ਘੋੜਿਆਂ ਦਾ ਹੀ ਰੌਲਾ ਪਿਆ ਸੀ ਸਾਰਾ। ਸੋ ਲੰਮਾ ਸਮਾਂ ਨਹੀਂ ਇਤਿਹਾਸ ਅੱਗੇ ਵਿਚਾਰਨ ਦਾ, ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਹੋਈ, ਗੁਰੂ ਅਰਜਨ ਦੇਵ ਜੀ ਤੋਂ ਸਿੱਖੀ ਲਈ, ਚੋਰ ਨੇ ਇਹੋ ਜਿਹੀ ਮਿਹਰ ਕੀਤੀ ਸੱਚੇ ਪਾਤਸ਼ਾਹ ਨੇ, ਵਿਧੀ ਚੰਦ ਛੀਨਾ ਗੁਰੂ ਕਾ ਸੀਨਾ ਹੋ ਗਿਆ, ਐਡਾ ਰੁਤਬਾ ਮਿਲ ਗਿਆ। ਜਦੋਂ ਜੀਵਨ ਬਦਲਦਾ ਫਿਰ ਪਤਾ ਨਹੀਂ ਲੱਗਦਾ, ਬੰਦੇ ਕਰੇ ਖੁਦਾ ਨਦਰ ਗੁਰੂ ਨਾਨਕ ਦੀ, 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 ਨਦਰ ਕਰਮ ਤਿੰਨ ਕਾਰ ਨਾਨਕ ਨਦਰੀ ਨਦਰ। ਮਹਾਰਾਜ ਦੀ ਮਿਹਰ ਹੋ ਜਾਏ, ਨਦਰ ਪੈ ਜਾਏ, ਜੀਵਨ ਬਦਲ ਜਾਂਦਾ। ਗੁਰਮੁਖੋ ਭਾਗਾਂ ਵਾਲੇ ਆ ਜਿਨ੍ਹਾਂ ਤੇ ਸਤਿਗੁਰੂ ਦੀ ਨਦਰ ਪਈ ਹੋਈ, ਅੰਮ੍ਰਿਤਧਾਰੀ ਹੋ ਗਏ ਨੇ, ਸਿੰਘ ਸਜ ਗਏ ਨੇ, ਬਾਣੀ ਬਾਣੇ ਦੇ ਧਾਰਨੀ ਹੋ ਗਏ। ਜਿਹੜੇ ਰਹਿ ਗਏ ਨੇ ਉਹ ਮਨ ਬਣਾ, 100 ਦੇ ਕਰੀਬ ਪ੍ਰਾਣੀ ਅੱਜ ਦਿਨੇ ਰਾਏਪੁਰ ਵਿੱਚ ਅੰਮ੍ਰਿਤਧਾਰੀ ਹੋਏ, ਅੱਜ ਅੰਮ੍ਰਿਤ ਸੰਚਾਰ ਭਾਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਬਖਸ਼ਿਸ਼ ਦਾ ਸਦਕਾ ਸੰਗਤਾਂ ਅੰਮ੍ਰਿਤਧਾਰੀ ਹੋਈਆਂ ਨੇ। ਤੇ 21 ਦੀਵਾਨ ਭਾਵੇਂ ਰਾਤ ਦਾ ਲੱਗਾ ਸੀ ਤੇ ਅੱਜ ਵੀ ਬੇਨਤੀ ਹੈ, ਤਿਆਰੀ ਕਰੋ। ਜਿਹੜੇ ਤੁਹਾਡੇ ਚ ਨਗੁਰੇ ਪੁਣੇ ਦੀ ਜੂਠ ਲਈ ਬੈਠੇ ਨੇ ਅਜੇ, ਉਹ ਨਗੁਰੇ ਪੁਣੇ ਦੀ ਜੂਠ ਲਾਓ। ਬਿਨਾਂ ਮੁਰਸ਼ਦੋਂ ਰਾਹ ਨਾ ਹੱਥ ਆਉਂਦੇ, ਬਿਨਾਂ ਦੁੱਧ ਨਾ ਰਿੱਝਦੀ ਖੀਰ ਵੀ ਆ, ਮੁਰਸ਼ਦ ਤੋਂ ਬਿਨਾਂ ਰਾਹ ਹੱਥ ਨਹੀਂ ਆ ਸਕਦਾ।
ਮੁਰਸ਼ਦ ਵਾਲੇ ਬਣਨਾ, ਗੁਰੂ ਵਾਲੇ ਬਣਨਾ ਜ਼ਰੂਰੀ ਹੈ। ਧਿਆਨ ਦੇਣਾ ਸੰਗਤ ਜੀ, ਮੁਰਸ਼ਦ ਹੋਵੇ ਕਾਮਲ, ਸੇਵਕ ਹੋਵੇ ਆਮਲ, ਤੇ ਰੱਬ ਵਿੱਚ ਸ਼ਾਮਲ। ਅਮਲ ਕਰਨ ਵਾਲਾ, ਮੰਨਣ ਵਾਲਾ ਸੇਵਕ ਹੋਵੇ ਤੇ ਕਾਮਲ ਪੂਰਾ ਮੁਰਸ਼ਦ ਹੋਵੇ, ਗੁਰੂ ਹੋਵੇ ਪੂਰਾ, ਤੇ ਰੱਬ ਤੇਥੋਂ ਵੱਖ ਨਹੀਂ, ਤੇਰੀ ਦੇਖਣ ਵਾਲੀ ਅੱਖ। ਸ਼ਰਧਾ ਬਣਾ ਲਓ, ਭਾਵਨਾ ਬਣਾ ਲਓ। ਇੱਕ ਵਾਰੀ ਮਰ ਦੇ ਚਰਨਾਂ ਚ ਆ ਕੇ ਆਖੋ, ਪੀਂਦੇ ਰਹੇ ਆ, ਖਾਂਦੇ ਰਹੇ ਆ, ਭੁੱਲ ਗਏ, ਵਿਗੜ ਗਏ, ਜਵਾਰੀ ਯਾਰੀ ਸਭ ਕੁਝ ਹੋ ਗਿਆ, ਮਾਫ ਕਰ ਦਿਓ, ਬਖਸ਼ਣ ਲੱਗਿਆ ਦੇਰ ਨਹੀਂ ਲਾਉਣਗੇ। ਬੁੱਲੇ ਦਾ ਗੁਰੂ ਰੁੱਸ ਗਿਆ, ਨਾਰਾਜ਼ ਹੋ ਗਿਆ। ਬੁੱਲੇ ਨੇ ਕਈ ਸਾਲ ਮੱਥੇ ਨਹੀਂ ਲਾਇਆ, ਬੁੱਲੇ ਨੇ ਮੱਥੇ ਨਾ ਲੱਗੇ ਸਾਡੇ, ਆਇਆ ਹੀ ਨਹੀਂ ਸਾਹਮਣੇ, ਮੰਨ ਕੇ ਬਚਨ ਗੁਰੂ ਦਾ। ਇੱਕ ਦਿਨ ਕੱਪੜੇ ਪਾ ਕੇ ਨਾ ਬੀਬੀਆਂ ਵਾਲੇ ਨੱਚਣ ਵਾਲੀਆਂ ਨਾਲ ਨੱਚ ਰਿਹਾ ਬੁੱਲਾ, ਮੂੰਹ ਤੇ ਕੱਪੜਾ ਲਿਆ ਹੋਇਆ, ਨੱਚਣਾ ਵੀ ਇਬਾਦਤ ਬਣ ਜਾਵੇ, ਨੱਚਣੇ ਦਾ ਜੇ ਚੱਜ ਹੋਵੇ, ਨੱਚਣ ਦਾ ਚੱਜ ਆ ਜਾਏ ਤੇ ਨੱਚਣਾ ਵੀ ਇਬਾਦਤ ਬਣ ਜਾਂਦਾ। ਤੇ ਨੱਚਦਾ ਫਿਰਦਾ ਵਿੱਚ ਉਹ ਕਹਿੰਦੇ ਆਹ ਕਿਹੜਾ ਹੈ, ਆ ਕੌਣ ਹੈ ਜਿਹੜਾ ਨੱਚਦਾ ਹੈ, ਉੱਚੀ ਉੱਚੀ ਗਾਵੇ। ਤੇ ਉਹਦਾ ਮੁਰਸ਼ਦ ਕਹਿੰਦਾ ਹੈ ਇਹ ਬੁੱਲਾ ਲੱਗਦਾ ਮੈਨੂੰ, ਬੁੱਲਾ ਜਦੋਂ ਕੱਪੜੇ ਬੀਬੀਆਂ ਵਾਲੇ ਪਾਏ ਨੇ, ਇਹ ਬੁੱਲਾ ਹੈ। ਅੰਦਰੋਂ ਆਵਾਜ਼ ਆਈ, ਮੂੰਹ ਤੇ ਕੱਪੜਾ ਲਿਆ ਹੋਇਆ, ਬੁੱਲਾ ਨਹੀਂ ਜੀ ਇਹ।